आठ पहर गुण गाई गुर पूरे ते पाई रहाओ। प्रभु की अकथ कहानी जन बोले अमृत बाणी नानक दास वखाणी गुर पूरे ते जानी। प्रभ की अकथ कहानी जन बोले अमृत बाणी नानक दास वखाणी गुर।
Thank you.
ਜਦੋਂ ਬੰਦਾ ਥੱਕ ਹਾਰ ਜਾਂਦਾ ਹੈ ਨਾ, ਰੱਖ ਦੇਵੋ
Thank you.
ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਇਹ ਪੰਚਭੂਤਕ ਸਰੀਰ ਜਿਹੜਾ ਇਹ ਨਾਸ਼ਵਾਨ ਹੈ। ਜਿਵੇਂ ਜਨਮ ਲੈਂਦਾ ਹੈ ਉਸੇ ਢੰਗ ਦੇ ਨਾਲ ਹੀ ਇੱਕ ਸਮੇਂ ਖਤਮ ਹੋ ਜਾਂਦਾ। ਮਿਲਣਾ ਕਿੱਦਾਂ ਪਰਮੇਸ਼ਵਰ ਇਹ ਕਿੱਦਾਂ ਮਿਲਾਪ ਹੋ ਸਕਦਾ ਪਿਆਰ ਆ ਰਹੇ ਹੋ ਬੜੇ ਸਪਸ਼ਟ ਜੀ ਬੋਲੀ ਨੇ ਇਹ ਆਤਮਾ ਜਿਹੜੀ ਇਨਸਾਨ ਦੇ ਅੰਦਰ ਧੜਕਦੀ ਆਪਾਂ ਮੰਨਦੇ ਹਾਂ 84 ਜਿਹੜੀ ਆ ਪਰਮੇਸ਼ਰ ਨੇ ਬਣਾਈ 84 ਜੋਨ ਪਰਮਾਇਆ ਇਹ ਬਾਣੀ ਚ ਸਤਿ ਇੱਕ ਮਿਸਾਲ ਦਿੱਤੀ ਇਸ ਵੀ 84 ਲੱਖ ਜੋਨਾਂ ਜਿਹੜੀਆਂ ਨੇ ਇਸ ਧਰਤੀ ਤੇ ਸਭ ਮੌਜੂਦ ਨੇ ਸਾਰਿਆਂ ਦੇ ਵਿੱਚ ਆਤਮਾ ਹੈ ਜਿਹੜੀ ਉਸ ਪਰਮੇਸ਼ਰ ਦੀ ਦਿੱਤੀ ਹੈ। ਪਰ ਕਿਤੇ ਆਪਾਂ ਸੋਚੀਏ ਅਬ ਇਹ ਮਾਨਸ ਦੇਹ ਆਓ ਜੇ ਸਾਰਿਆਂ ਨੇ ਕੁੰਡੀਆਂ ਸੁਣੀਆਂ ਇੱਕ ਵਾਰੀ ਆਪਾਂ ਸਾਰੇ ਬੋਲੀਏ ਸਾਰੇ ਕਰੋ ਕਿਰਪਾ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਸਾਰੇ ਬੋਲੋ ਤਬ ਇਹ ਮਾਨਸ ਦੇਹ ਅਗੋ ਮਾਰੇ ਕਹਿੰਦੇ ਇਸ ਦੇਹੀ ਕੋ ਸਿਮਰਨ ਦੇਵ ਸੋ ਦੇਹੀ ਭਜ ਹਰ ਕੀ ਮਹਾਰਾਜ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਵੋ ਮਾਨਸ ਜਨਮ ਕਾ ਕਿੰਨੀਆਂ ਸੌਖੀਆਂ ਸੌਖੀਆਂ ਭਗਤ ਨਾਮਦੇਵ ਜੀ ਭਗਤ ਤਲੋਚਨ ਜੀ ਨਾਲ ਵਿਚਾਰਾਂ ਕਰਦੇ ਨੇ ਨਾ ਜਦੋਂ ਬਾਣੀ ਚ ਕਹਿੰਦੇ ਨਾਮਾ ਕਹੇ ਤਲੋਚਨ ਮੁਖ ਤੇ ਰਾਮ ਸਮਾਲ ਹੱਥ ਪਾਉ ਕਰ ਕਾਮ ਸਭ ਜੀਤ ਨਿਰੰਜਨ ਇਹ ਤਨ ਦੇ ਨਾਲ ਇਸ ਸੰਸਾਰ ਸਮਾਜ ਘਰ ਪਰਿਵਾਰ ਦੇ ਵਿੱਚ ਕੰਮ ਕਰਨਾ ਵਿਚਰਨਾ ਬਹੁਤ ਜ਼ਰੂਰੀ ਇਹ ਗ੍ਰਸਥ ਸਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਖਸ਼ ਗਏ ਨੇ ਕਹਿੰਦੇ ਇਹਦੇ 'ਤੇ ਚੱਲਣਾ ਹੈ ਪਰ ਜਿਹੜਾ ਅਸਲ ਕਰਮ ਹੈ ਕਿਤੇ ਉਹ ਨਾ ਭੁੱਲ ਜਾਏ ਅਸਲ ਕਰਮ ਜਿਹੜਾ ਚਿੱਤ ਜਿਹੜਾ ਹੈ ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸਮਾਲ ਹੱਥ ਪਾਉਣ ਕਰ ਕਾਮ ਸਭ ਚੀਤ ਨਿਰੰਜਨ ਜਦੋਂ ਇਹਨਾਂ ਪੰਕਤੀਆਂ ਤੇ ਪਹਿਰਾ ਇਨਸਾਨ ਦੇਵੇਗਾ ਤੇ ਕੁਦਰਤੀ ਹੈ ਬੜੇ ਆਪਾਂ ਦੇਖਦੇ ਹਾਂ ਕਈ ਇਨਸਾਨ ਬੜੇ ਜੀਵਨ 'ਚ ਬੋਲਡ ਹੁੰਦੇ ਪਰਿਵਾਰ ਦੇ ਵਿੱਚ ਕੋਈ ਖੁਸ਼ੀ ਦਾ ਪਲ ਆ ਜਾਵੇ ਤੇ ਕਈ ਕਈ ਬਹੁਤ ਹੀ ਆਲੇ ਭੋਲੇ ਖੁਸ਼ੀ ਨਾਲ ਫੁੱਲੇ ਨਹੀਂ ਸਨ ਬੜਾ ਚਾਰ ਚੜ ਜਾਂਦਾ ਬਹੁਤ ਹੀ ਚਾਰ ਚੜ ਤੇ ਕਈ ਰਿਜ਼ਰਵ ਨੇਚਰ ਦੇ ਹੁੰਦੇ ਨੇ ਰਿਜ਼ਰਵ ਰਹਿੰਦੇ ਕਿਉਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੱਚ ਦਾ ਗਿਆਨ ਵੀ ਜੇ ਅੱਜ ਇਹ ਘੜੀਆਂ ਪਾਤਸ਼ਾਹ ਨੇ ਬਖਸ਼ੀਆਂ ਤੇ ਸ਼ੁਕਰਾਨੇ 'ਚ ਜੁੜੀ ਲੋੜ ਤੋਂ ਜ਼ਿਆਦਾ ਸਾਨੂੰ ਐਕਸਾਈਟਮੈਂਟ ਦੀ ਲੋੜ ਨਹੀਂ ਉਤੇਜਿਤ ਹੋਣ ਦੀ ਲੋੜ ਨਹੀਂ ਤੇ ਕਈ ਜਦੋਂ ਕੋਈ ਵੇਲਾ ਇਹੋ ਜਿਹਾ ਆ ਜਾਂਦਾ ਦੁਨਿਆਵੀ ਕੋਈ ਸੋਗ ਦੀਆਂ ਘੜੀਆਂ ਸਾਹਮਣੇ ਆ ਜਾਂਦੀਆਂ ਨੇ ਤੇ ਬਹੁਤ ਜ਼ਿਆਦਾ ਫਿਰ ਵਿਲਾਪ ਕਰ ਕਿਉਂਕਿ ਅਸੀਂ ਸੱਚ ਤੇ ਕਿਤੇ ਉਹ ਸਤਿਗੁਰ ਜੀ ਦੇ ਉਹਨਾਂ ਵਚਨਾਂ ਤੇ ਕਿਤੇ ਪਹਿਰਾ ਦੇਣ ਦੇ ਵਿੱਚ ਕਮਜ਼ੋਰ ਹੋ ਜਾਂਦੇ ਅਸੀਂ ਇਹ ਸਮਝ ਲੈਂਦੇ ਹਾਂ ਵੀ ਦੁਨੀਆਂ ਦਾ ਸੱਚ ਤੇ ਝੂਠ ਇੱਥੇ ਹੀ ਹੈ ਇਹੀ ਅਸਲ ਖੁਸ਼ੀਆਂ ਨੇ ਤੇ ਇਹੀ ਅਸਲ ਗਮ ਨੇ ਜਦੋਂ ਤੱਕ ਇਨਸਾਨ ਨੂੰ ਅਸਲ ਸੱਚ ਨਹੀਂ ਪਤਾ ਲੱਗੇਗਾ ਅਸਲ ਖੁਸ਼ੀ ਕੀ ਹੈ ਤੇ ਉਦੋਂ ਤੱਕ ਗੱਲ ਨਹੀਂ ਬਣ ਮੈਨੂੰ ਮਾਫ ਕਰਦੇ ਜੇ ਆਪਾਂ ਅੱਜ ਵਿਛੜੀ ਆਤਮਾ ਦੀ ਯਾਦ 'ਚ ਜੁੜ ਬੈਠੇ ਇੱਕ ਮੈਂ ਪ੍ਰਮਾਣ ਦੇਣਾ ਚਾਹੁੰਦਾ ਤੁਹਾਨੂੰ ਅੱਜ ਘਰ ਪਰਿਵਾਰ ਦੇ ਵਿੱਚ ਕਿਤੇ ਕੋਈ ਵੀ ਵੇਲਾ ਐਸਾ ਹੁੰਦਾ ਕਿ ਜਦੋਂ ਇਨਸਾਨ ਸਤਿਗੁਰੂ ਜੀ ਦੇ ਸ਼ੁਕਰਾਨੇ 'ਚ ਜੁੜਦਾ ਭਾਵਨਾ ਰੱਖਦਾ ਖੁਸ਼ੀ ਦੀ ਅੰਦਰ ਇੱਕ ਚਾਅ ਚੜ੍ਹਦਾ ਤੇ ਜਦੋਂ ਰਾਗੀ ਜਥਾ ਕੀਰਤਨੀਆਂ ਬਹਿੰਦੇ ਨੇ ਨਾ ਤੇ ਪਰਿਵਾਰ ਦੀ ਪਹਿਲੀ ਬੇਨਤੀ ਹੁੰਦੀ ਹੈ ਪਹਿਲਾ ਹੁਕਮ ਹੁੰਦਾ ਭਾਈ ਸਾਹਿਬ ਲੱਖ ਖੁਸ਼ੀਆਂ ਪਾਤਸ਼ਾਹੀਆਂ ਜ਼ਰੂਰ ਲਾਏ ਆਪਾਂ ਸਾਰੇ ਪਰਿਵਾਰ 'ਚ ਬੈਠੇ ਹਾਂ ਕਹਿ ਕੇ ਲਵਾਉਂਦੇ ਪਰ ਥੋੜ੍ਹਾ ਜਿਹਾ ਇਹਨਾਂ ਪੰਕਤੀਆਂ ਨੂੰ ਵਿਚਾਰੋ ਸਤਿਗੁਰ ਜੀ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਇਹਦਾ ਭਾਵ ਵੀ ਜੇ ਉਹਦੀ ਨਿਗਾਹ ਆ ਜਾਵੇ ਉਹਦੀ ਨਿਗਾਹ ਆ ਜਾਵੇ ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਤੁਹਾਨੂੰ ਮਿਲਦੀਆਂ ਅੱਗੋਂ ਨਿਮਕ ਏਕ
हर नाम दे मेरा मन तन शीतल भए। जिस को पूर्व लिखिया तिन सतगुर चरण कर। भाव की है, खुशियां उदो ही ने, आत्मक खुशियां की गल इत्थे कीती है पातशाह। ठीक है, आप दुनियावी तौर पर जोड़ लेंगे शब्दों को अपने नाल, कोई माड़ी गल नहीं, पर असल की कह महाराज ने ओदी मेहरामत होनी सब तो वड्डियां खुशियां दे बराबर है, ओदी कृपा हो जानी सब तो वड्डियां पातशाहियां मिलन दे बराबर है। निमक एक हर नाम दे मेरा मन तन शीतल। ते जदों कृपा दे घर दे विच आ जांदा है ना, आपां शुकराना करदे हां दातां दा, असल की कहते महाराज कहते फिर निमक जो तो कृपा के घर के आज रहना फिर निमक एक हर नाम दे एक खिम मात्र भी जो कृपा अपने वचना की कृपा कर दिता है इस हिरदे ते मेरा मन तन शीतल। सो आओ ये बाणी नू प्रैक्टिकल रूप दे विच पढ़िया करो। अजकल इन्नी कृपा हो गई है तुसी सारे, मैनू लगता मेरे तो ज्यादा अभ्यासी हो सारे, मोबाइल एडी कृपा की गुरसिखा ने खोज करके सारे जिहड़ियां स्टीकां ने वो मोबाइलों च दर्ज। केवल एक शब्द दिन दे विच केवल एक शब्द पढ़ लिते जान अर्थां समेत, ते मैं समझदा अपने जो कीर्तनी है की प्रचारक दिन प्रतिदिन इत्थे खड़े हो जाएंगे। आओ समा एक शब्द का होर है, आप सारे ने जिहड़े सारे आप जुड़ बैठे हाँ एक भावना रख के असीस रूपी शब्द देहो सज्जन असीसरिया जो होवे साहिब सुमेल रल के जो होवे साहिब सुमेल जो होवे साहिब thank you.
Thank you.
ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਗੁਰੂ ਜੀ ਪੰਜਾਂ ਤਰ੍ਹਾਂ ਦੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਏ ਦੇਗ ਤੇਗ ਫਤਿਹ ਗ੍ਰੰਥ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਣੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੰਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੈ ਹਜ਼ੂਰ ਅਰਦਾਸ ਬੇਨਤੀ ਜੋਦਰੀ ਅਜਿਹਾ ਕਿਰੇ ਲਿਖਿਆ ਤੇਰਾ ਹੁਕਮ ਕਮਾਹੀ ਘੱਲੇ ਆਵੇ ਨਾਨਕਾ ਸੱਦੇ ਉੱਥੇ ਜਾਏ ਦੇ ਮਾਂ ਵਾਕਾਂ ਅਨੁਸਾਰ ਦਰ ਘਰ ਦੇ ਪ੍ਰੀਤਵਾਨ ਸਰਦਾਰ ਤਰਲੋਚਨ ਸਿੰਘ ਜੀ ਬਾਂਗਾ ਆਪ ਜੀ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਸੰਸਾਰ ਦੇ ਭੋਗਦਿਆਂ ਸਦੀਵੀ ਕਾਲ ਲਈ ਆਪ ਜੀ ਦੇ ਚਰਨਾਂ ਵਿੱਚ ਜਾ ਬਰਾਜੇ ਹਨ ਤਿੰਨਾਂ ਦੇ ਨਿਮਿਤ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਤੱਕਦਿਆਂ ਪਾਵਨ ਅਸਥਾਨਾਂ ਤੇ ਪਹੁੰਚ ਕੇ ਜਵਾਨ ਸਜਾਏ ਗਏ ਸੱਜੇ ਜਵਾਨਾਂ ਅੰਦਰ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਬਾਣੀ ਦੇ ਜਾਪ ਕੀਤੇ ਗਏ ਸਤਿਗੁਰੂ ਕਿਰਪਾ ਕਰਨੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨਾ ਅੱਗੇ ਤੋਂ ਸ਼ੁੱਧ ਸਪੱਸ਼ਟ ਬਾਣੀ ਦੇ ਜਾਪ ਕਰਨ ਦੀ ਮਤ ਬੁੱਧ ਸਮਰੱਥਾ ਬਖਸ਼ਣੀ ਦਰਿਆਈ ਸੰਤ ਦੀ ਹਾਜ਼ਰੀ ਚਿਰ ਫੁਲ ਭੇਟਾ ਪ੍ਰਵਾਨ ਕਰਨੀ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਣੀ ਗੁਰਮਤਿ ਅਨੁਸਾਰ ਸਭ ਦੀਆਂ ਭਾਵਨਾ ਸੰਪੂਰਨ ਕਰਨੀਆਂ ਸੇਵਕ ਪਰਿਵਾਰ ਵੱਲੋਂ ਪਾਵਨ ਸਰੂਪਾਂ ਲਈ ਰੁਮਾਲਾ ਸਾਹਿਬ ਅਦਰ ਬੇਅੰਤ ਵਸਤੂਆਂ ਹਾਜ਼ਰ ਕੀਤੀਆਂ ਨੇ ਸੱਚੇ ਪਾਤਸ਼ਾਹ ਦਰ ਪ੍ਰਵਾਨ ਕਰਨੀਆਂ ਗੁਰਮਤਿ ਅਨੁਸਾਰ ਪਰਿਵਾਰ ਦੀਆਂ ਭਾਵਨਾ ਸੰਪੂਰਨ ਕਰਨੀਆਂ ਕਾਰੋਬਾਰਾਂ ਦੀ ਤਰੱਕੀਆਂ ਬਖਸ਼ਣੀਆਂ ਕਿਰਤ ਕਮਾਈਆਂ 'ਚ ਬਰਕਤਾਂ ਪਾਉਣੀਆਂ ਵਿਛੜੀ ਆਤਮਾ ਨੂੰ ਆਪ ਜੀ ਦੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਆਪ ਜੀ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਛਕੇ ਆਪ ਜੀ ਦਾ ਨਾਮ ਜਪੇ ਕਰੋ ਕਿਰਪਾ ਮਿੱਠੀ ਪਿਆਰੀ ਅਸੀਸ ਹੁਕਮ ਬਖਸ਼ੋ ਹੁਕਮ ਤੇ ਚੱਲਣ ਦੀ ਮਤ ਬੁੱਧ ਸਮਰੱਥਾ ਬਖਸ਼ਣੀ ਸਰਬੱਤ ਦੇ ਕਾਰਜ ਰਾਸ ਕਰਨੇ ਗੁਰਮਤਿ ਅਨੁਸਾਰ ਭਾਵਨਾ ਸੰਪੂਰਨ ਕਰਨੀਆਂ ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਕੋਚ ਹੈ ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਹਵ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੁਪੈ ਸੁਆਮੀ ਮਾਨਸ ਦੀ ਗਤ ਇਹੀ ਮਾਟੀ ਕਾ ਕਿਆ ਧੁਪੈ ਸੁਆਮੀ ਮਾਨਸ ਦੀ ਗਤ ਇਹੀ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧਿਆ ਜੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਧ ਹੀ ਪਾਸ ਸੋਏ
सनंदड़ी मेरा तन मन माला नाम जतंदड़ी राधी कंद जतंदड़ी मेरा अंदर खंडा गुर दर्शन देख निहाली सतनाम वाहिगुरु साहिब जीओ सोरठ महला पंजवा जित पार ब्रह्म चित आया सो घर दई वसाया सुख सागर गुर पाया ता सहसा सगल मिटाया जित पार ब्रह्म जित आया सो घर दई वसाया सुख सागर गुर पाया ता सहसा सगल मिटाया हर के नाम की वडियाई आठ पहर गुण गाई गुर पूरे ते पाई रहाओ प्रभ की अकथ कहानी जन बोले अमृत बाणी नानक दास वखाणी गुर पूरे ते जानी प्रभ की अकथ कहानी जन बोले अमृत बाणी नानक दास वखाणी गुर पूरे ते जानी वाहिगुरु जी का खालसा वाहिगुरु जी की फतेह। फतेह गुरु प्यारी साध संगिया भली प्रकार जानते हुए कि सरदार त्रिलोचन सिंह जी बांगा मालक वालों बख्शी सवासा की पूंजी संसार से भोगद्या सदीवी काल लई सानू विछोड़ा दे के मालक के चरणों में जा बराजे ने तिना के निमित समूह परिवार वालों सतगुरां के चरणों का आसरा तक पावन स्थान उत्ते पहुंच के दीवान सजाए गए अमृतमय बाणी के शब्द कीर्तन गुरु चरणों में अरदास बेनती सतगुरों का पावन पवित्र हुक्म आप जी ने सरवण किया है। सतगुरु कृपा करन रहमत करन विछड़ी आत्मा नूं चरणा च निवास बख्शन पिछे परिवार नूं भाणा मनण दा बल बख्शन सेवक परिवार वालों आप समूह संगतां दा बहुत बहुत धन्नवाद जिन्हां ने इस पदार्थवादी माहौल दे विचों कीमती समां कढ इत्थे पहुंचकार परिवार दे नाल इस समें दे दौरान दुख जिहड़ा इहनूं सांझा कीता है। सेवक परिवार वालों सरबजीत सिंह सरबजीत राज कुलदीप लीटू इन्हों का तह दिलों धन्यवाद करते हैं। परिवार का कहना है कि इन्होंने बहुत सेवा बजुर्गों की कीती है सेवक परिवार वालों इन्हों का भी बहुत बहुत धन्यवाद है। हुण मैं बेनती करा कड़ा प्रसाद की देग वरतेगी उपरंत परिवार वालों बेनती है कि सारी संतरे लंगर प्रशादा छक के जाने की कृपालता करनी है। सेवक परिवार वालों भाई कन्हैया जी हाल के लंगर प्रशादे का प्रबंध किया गया है कड़ा प्रशाद की छेक वरतेगी। मैं सरदार त्रिलोचन सिंह जी बांगा उन्होंने सपुत्र अति सत्कारयोग वीर गुरतेज सिंह जी बांगा बेनती करदा कि वह सतगुरां के सन्मुख आके नमस्कार करके गुरु घर वालों दस्तार की जो बख्शिश दी जानी है वह प्राप्त कर सरदार गुरतेज